ਆਹ ਪਾਈਆ ਕੁਆਰੀ ਵੀ ਪਲਿਆ ਲਈ ਨਾ ਮੈਂ ਨਾ ਕਹਿੰਦੇ ਕਟਰ ਵੀ ਕਰ ਲਿਆ ਤੇਜ ਅਸ ਤਾਂ ਸਾਰੇ ਧੂਣੀ ਨਾ ਛਾਂਗੀ ਦੇਣੇ ਬਿਲਕੁਲ ਹੀ ਅਸੀਂ ਹਜ਼ਾਰਾਂ ਦਾ ਠੇਕਰ ਅਸੀਂ ਹਜ਼ਾਰਾਂ ਦਾ ਮਖੌਲ ਥੋੜੀ ਆ ਕੋਈ ਹਾਂਜੀ ਇੱਕ ਤਾਂ ਚਲੀ ਪਏ ਤੂੰ ਹੀ ਪਿਆ ਗਈ ਕੁਆਰੀ ਕਨੇ ਆ ਰਹੇ ਚੱਕੀ ਨੇ ਹੈ ਲਾਡੋ ਸਜੀ ਉੱਪਰਲੀ ਗਾਰੀਆ ਧੋਣੀ ਨੀ ਏ ਸੇ ਬੇਚੀ ਤੇ ਮੈਂ ਠਾਣੇਦਾਰ ਆ ਜੋ ਨਾ ਮੈਂ ਲਿਆ 80,000 ਰੁਪਇਆ ਲੈਣਾ ਨਾ 80,000 ਤੇ 1 ਰੁਪਇਆ ਘੱਟ ਲੈਣਾ ਨਾ ਵੱਧ ਲੈਣਾ ਤਿੰਨੇ ਵੱਢਣੇ ਚੱਲ ਰਹਾ ਹੂੰ ਨਾ ਸੇ 80,000 ਦੇ ਧੋਣੀ ਏ ਕੋਈ ਇਤਨਾ ਭਾਰੀ ਲਪੇਟਾ ਤਿੰਨ ਰੁੱਖਾਂ ਜੋ ਕਹਿੰਦੇ ਇਤਨੇ ਭਾਰੀ ਉੱਚੇ ਉੱਚੇ 11 ਮਣ ਦੀ ਲੱਕੜੀ ਨਿਕਲਣੀ ਤਿੰਨਾ ਤੇ ਕਹਿੰਦੇ 80,000 ਦੇ ਦੇਤੇ ਹੈ ਕਿਆ ਬਾਤ ਹੀ ਖਸਮਾ ਕਿਆ ਬਾਤ ਹੀ ਤੇਰੀ ਅਕਲ ਹੈ ਅਕਲ ਨਾ ਪਰਮਾਤਮਾ ਖੁਸ਼ੀ ਜੋ ਨੀ ਦੋ ਪਈ ਅਸੀਂ ਰੇ ਆਏ ਹੋਰ ਕਿਤਨੇ ਰੇ ਤੇ ਜੋ ਜ਼ਿਆਦਾ ਪਤਾ ਅਸੀਂ ਨੀ ਕਰਦੇ ਵੀ ਮਿਸਤਰੀਆਂ ਦਾ ਕੰਮ ਆਹ ਜੋ ਨੀ ਹੁੰਦਾ ਵੀ ਲੱਕੜੀ ਦੇ ਬਾਰੇ ਚ ਪਤਾ ਭਈ ਕੋਣ ਲੱਕੜੀ ਕਿਤਨੇ ਰੀ ਹੈ ਤੂੰ ਜ਼ਿਆਦਾ ਗੱਲਾਂ ਕਰੇ ਮੇਰੇ ਸਾਹਮਣੇ ਇਹਨਾਂ ਨਾ ਡੋਲ ਪਰੌਂਠੂ ਪਰੂਠੂ ਬਣਾ ਵੀ ਜੋ 2-4 ਬਣਾਉਣੇ ਨਾ ਨਹੀਂ ਤਾਂ ਚੱਲਿਆ ਭੁੱਖੇ ਪੇਟਾ ਰੜਕਾਈ ਦੇਣੇ ਮੈਂ ਸਾਰੇ ਰੁੱਖ ਸਹਿ ਯਾਰ ਰੋਟੀ ਬਣਨੀ ਠਹਿਰੀ ਨਹੀਂ ਅਜੇ ਰਸੋਈ ਪੋਚਾ ਲੱਗ ਰਹੀ ਲਾਣੇ ਨਾ ਜੇ ਰੁਕੀ ਸਕੇ ਤਾਂ ਰੁਕੀ ਲਾਵਾ ਨਾ ਨਹੀਂ ਤਾਂ ਚੱਲੀ ਆਵਾ ਦੇ ਦੇਣੀ ਲੋਕਾਂ ਤੂੰ ਹਜੇ ਰੋਟੀ ਬਣਾਏ ਨਾ ਤੂੰ ਹਜੇ ਲੋਕਾਂ ਦੀਆਂ ਕਾਮਸੀਆਂ ਦਾ ਆਰਡਰ ਲੈ ਪਿਆ ਗਈ ਹੈ ਕੁਛ ਨੀ ਦੇਣਾ ਵੀ ਆ ਲੋਕਾਂ ਜੇ ਕੱਲ ਕਲੀ ਨੇ ਕੁਛ ਹੋਈ ਗਿਆ ਨਾ ਤਾਂ ਕੁਛ ਨੀ ਆਣਾ ਵੀ ਆ ਤਾਲੀ ਜਨਾਨੇ ਲਾਣਾ ਬਾਲ ਤਾਲੀ ਲਾਣਾ ਵੀ ਆ ਲੋਕਾਂ ਬਾਲ ਤੂੰ ਹਜੇ ਪਿਆ ਗਿਆ ਦੌੜੀ ਪਰੇ 6:30 ਵਜੇ ਕਨੀ ਹੋਰ ਗੱਲ ਇਹ ਜੇ ਤੂੰ ਸਾਰੀ ਲੱਕੜੀ ਵੇਚਣੇ ਲਾਇ ਤਰੀ ਤਾਲੀ ਜੇ ਆਹ ਆਪੂ ਕਰਨਾ ਉੱਪਰਲੀ ਮਜਲੇ ਦਾ ਕੰਮ ਤਾਲੀ ਲੋਕਾਂ ਲਈ ਕਰਨੇ ਤਰਲੇ ਫਿਰ ਭਿਆ ਜੇ ਥੋੜੀ ਜਿਹੀ ਲੱਕੜੀ ਦੇ ਦੋ ਭਿਆ ਨਗ ਬਣਵਾਉਣੇ ਹੈ ਤੂੰ ਜੇ ਸਾਰੀ ਲੱਕੜੀ ਮੁਕਵਾਈਤੀ ਹੇਠ ਤੇ ਵੀ ਵੇਚੀ ਸੇ ਸਾਰੀ ਹੇਠਲੇ ਕਮਰੇ ਤੇ ਸਭ ਤਿਸ ਕੇਬਲਾਰੇ ਸੋਗਾ ਲਾਇਤੀ ਸੇ ਲੱਕੜੀ ਸਾਰੀ ਕਹਿੰਦੇ ਹੁਣ ਇਹ ਤੂੜੀ ਵੀ ਵੇਚੀ ਤੇ ਤੂੰ ਆਪਣੀ ਬਾਰੀ ਕੁਤੋਂ ਜਾਣਾ ਫੇਰੀ ਪਤਾ ਨੀ ਕਿਆ ਹੋਇਆ ਪਈ ਤਾਲੀ ਜੇ ਕਦੋਂ ਕੰਮ ਚੱਲਣਾ ਨਾ ਤਾਲੀ ਲਾਇ ਦੇ ਟੋਕਟ ਕਿਹੜਾ ਕਰਨੇ ਤੇ ਜੇ ਜ਼ਿਆਦਾ ਪਤਾ ਲੱਗਾ ਬਥੇਰੀ ਲੱਕੜੀ ਮਿਲੇ ਟੀਂਬਰਾ ਭਰਾ ਤੇ ਲਈ ਆਉਣੀ ਲੱਕੜੀ ਤਾਲੀ ਪਰ ਵੇਚਣੇ ਦੇ ਮਿੰਜੋ ਬਿਠਾਣੇਦਾਰਾਂ ਨੇ ਬੜੀ ਮੁਸ਼ਕਿਲੇ ਹੋਇਆ ਠੇਕਾ 80,000 ਦਾ ਹੈ ਤਾਂ 50-60 ਬੋਰਾ ਪਰ ਬੜੀ ਮੁਸ਼ਕਿਲੇ ਮਨਾਇਆ ਸੀ 80,000 ਪਰ ਤੇ ਜੋ ਪਤਾ ਅੱਗੇ ਕਿਤਨੇ ਖਰਚੇ ਆ ਉਹਦੇ ਮੈਨੂੰ ਵੀ ਪੜ੍ਹਾਉਣੇ ਪਾਉਣਾ ਹਜੋ ਅਜੇ ਤੀਸਰੀ MSc ਨੀ ਕਰਾਉਣੀ ਵੀ ਕੁਤੇ ਤੇ ਘੜਨਾ ਖਰਚ ਦੱਸ ਤੂੰ ਮਿੰਜੋ ਵੀ ਇਹ ਵੇਚਣੇ ਦੇ ਮਿੰਜੋ ਆਹ ਨਵੇਂ ਧੋਣੀ ਲਾਇ ਦਿੰਗਾ 2-4 ਓ ਮਾਂ ਕਜੋ ਬੋਲਣਾ ਮਾਂ ਖਤੇ ਚਾਹੇ ਸਭੀ ਕੈਸੀ ਵੇਚਦੇ ਤੂੰ ਖੇਤਰਾ ਪੱਤਰਾ ਵੀ ਵੇਚਦੇ ਸਭੀ ਕੈਸੀ ਵੇਚਦੇ ਰੱਖਦੇ ਦੀ ਹਾਂ ਬੱਚਿਆਂ ਜੋ ਕੁਛ ਵੀ ਅੱਗੇ ਨਾ ਸਭੀ ਕੈਸੀ ਕਰਦੇ ਲਲਾਮ ਤੂੰ ਆ ਇਹਨਾਂ ਦੋਸਤੀਆਂ ਯਾਰੀਆਂ ਪਿੱਛੇ ਨਾ ਘਰ ਬਰਬਾਦ ਕਰਤੇ ਤੇ ਖਸਮ ਤਾਂ ਦੇਖਾ ਦੋਸਤੋ ਅੱਜ ਕੱਲ੍ਹ ਦੀਆਂ ਜਨਾਨਾ ਰਿਆਲ ਕਿਹੜੀਆਂ ਜਨਾਨਾ ਹੀ ਨਾ ਇਹਨੂੰ ਕੰਮ ਦਿਆ ਹੈ ਨੀ ਕੁਛ ਨੀ ਨਾ ਕਹਿੰਦੇ ਟੋਕਟ ਕਹਿ ਜੋ ਆਈ ਆਉਂਦੀਆਂ ਆ ਕੰਮ ਕਰਨੇ ਜੋ ਨੀ ਵਗਦੀਆਂ ਵੀ ਇਹਨਾਂ ਦੀਆਂ ਨਾ ਕਹਿੰਦੇ ਪੈਂਚੀ ਤਾਂ ਪੂਰਾ ਦਿਨ ਕਰਾਈ ਲਓ ਇਹਨਾਂ ਤੇ ਚਾਹੇ ਨਾ ਪੂਰੀ 24/7 ਪੈਂਚੀ ਪਿੱਟਦੀਆਂ ਬਿਨਾਂ ਥੱਕੇ ਆ ਰਹੇ ਨਾ ਕਹਿੰਦੇ ਕੰਮਾਂ ਜੋ ਬੋਲ ਦੋ ਨਾ ਕੈਸੀ ਹੋ ਨਾ ਤਾਂ ਬੋਲਦੀ ਮੈਂ ਥੱਕੀ ਰਹੀ ਮੇਰੀ ਪਿੱਠੀ ਪੀੜੀ ਮੈਨੂੰ ਏਡਾ ਹੋਈ ਕਰਾ ਤੇੜ ਹੋਈ ਕਰਾ ਦੇਖ ਮੈਂ 4 ਪਰੌਂਠੂ ਬਣਾਉਣ ਜੋ ਬੋਲੇ ਨਾ ਕਹਿੰਦੇ ਇਹ 36 ਜਵਾਬ ਦਿੱਤੇ ਮੈਨੂੰ ਪੁੱਠੇ ਸਿੱਧੇ ਬੇਚੀਏ ਬੇਚੀਏ ਸਭੀ ਕੈਸੀ ਬੇਚੀਏ ਤੂੰ ਛੱਡਦੇ ਦੀ ਹੈ ਨਿਆਣੇ ਦੇ ਹੱਥਾਂ ਚ ਕੁਛ ਨਾ ਸਭੀ ਕੈਸੀ ਕਰਦੇ ਲਲਾਮ ਬੋਬਾ ਇਹ ਬਿਨਾ ਪੈ ਹਰੇ ਘੜਾ ਪਈ ਜਾਣੀ ਨਾ ਪਿਆ ਗਿਆ ਸਿਰਾ ਪਰ ਤੇੜਾ ਕਰਦਾ ਚੱਲੀ ਪਾਉਂਦਾ ਤੇ ਸੋ ਬੋਲੀ ਦੇਂਗਾ ਪਈ ਦੁਪਹਿਰੇ ਜੀ ਆਪੇ ਭੁੱਖ ਲੱਗਦੀ ਪਾਓ ਰੋਟੀ ਖਵਾਈ ਦੇ ਘਰੇ ਤਾਂ ਮਿਲਣੀ ਨੀ ਰੋਟੀ ਇਹ ਤਾਂ ਬਣਾਉਣੀ ਨੀ ਰੇ ਪਰੌਂਠੂਆ ਹੋਰ ਪਈ ਤਾਂ ਨੀ ਰਾਮ ਕੁੱਖਾ ਚੱਲੀ ਪਿਆ ਪਿਆ ਗਈ ਤੂੰ ਕੁਹਾੜੀ ਕਨੇ ਆ ਰਹੇ ਚੱਕੀ ਨੇ ਹੈ
ਬਸ ਚਾਚੂ ਏ ਉੱਪਰਲੇ ਗਾਰੇ ਤੱਕ ਚੱਲਿਆ ਹੂੰ ਛਾਂਗ ਬਛਾਂਗ ਕਰਨੇ। ਉਹ ਕਿਆ ਗੱਲ ਪਈ ਪਿਆ ਗਾਈ, ਕਨਿਆਰੇ ਚੱਕੀ ਨੇ ਛਾਂਗ ਬਛਾਂਗ ਕਰਨੇ ਤਾਂ ਚਿਹਰਾ ਤੂੰ, ਮੈਨੂੰ ਲੱਗਦਾ ਕੰਮ ਕੁਛ ਵੱਡਾ ਹੀ ਆ ਅੱਜ। ਚਾਚੂ ਤੂੰ ਹਤੇ ਕਿਆ ਲਕਾਉਣਾ ਨਾ, ਹਜੇ ਧੋਣੀ ਏ ਨਾ ਉੱਪਰਲੇ ਗਾਰੇ ਨਾ, ਹੈ ਬੇਚੀ ਤੇ ਮੈਂ ਸੂਬੇਦਾਰ ਆ ਉਹਦੇ ਚੋ ਨਾ, ਤੇੜਾ ਪਈ ਬੋਲਿਆ ਤੀ ਨੇ ਪਈ ਬੜੀ ਵੀ ਦੇ ਤੂੰ ਮੋਛੇ ਪਾਈ ਦੇ ਨਾ, ਬਾਕੀ ਚਕਾਈ ਲੈਂਗੇ ਇਹ ਬਈਆਂ ਬੂਈਆਂ ਤੇ ਨਾ, ਤੇ ਤੀਨੇ ਛਾਂਗਣੇ ਚੱਲਿਆ ਹੂੰ ਨਾ, ਕਰੀ ਜਿਹੜੇ ਮੋਛੇ ਮੈਂ ਆ ਰਹੇ ਨੇ ਡੋਲਨ। ਬਸ ਸੰਜਾ ਜੀ ਮੁਕੀ ਆਣਾ ਕੰਮ। ਅੱਛਾ ਰੁਖ ਤਾਂ ਕਾਫੀ ਵੱਡੇ ਬੈਸੇ, ਕਿਤਨੇ ਜਾਰਾਂ ਜੋਈ ਗੱਲ ਤੇਰੇ ਸੂਬੇਦਾਰਾਂ ਨੇ, ਬੜਪਰ ਲਪੇਟ ਪਾਉ ਲੱਕੜੀ ਤਾਂ ਮੈਨੂੰ ਲੱਗਦਾ ਲੱਖਾਂ ਡੇਢੀ ਲੱਖਾਂ ਰੀ ਨਿਕਲਣੀ ਹੋਊਗੀ ਤੀ ਨਾ ਤੂਣੀਆਂ ਤੇ। ਉਹ ਚਾਚੂ ਜ਼ਿਆਦਾ ਨੀ, ਅਸੀਂ ਇੱਕ ਹਜ਼ਾਰੇ ਹੋਏਗੀ ਗੱਲ ਨਾ, ਬੜ ਭਰੀ ਮਨਾਇਆ ਮੈਂ ਪੇ ਵਧਾਈ ਦੇ ਪੈਸੇ, ਸਾ ਤਾਂ 60 ਬੋਲੂ ਪਰ ਮੈਂ 80 ਕਰਾਇਆ ਬੜੀ ਮੁਸ਼ਕਲੇ, ਮੈਂ ਲੈ ਚੱਲ ਬੇਚੀ ਦਿੰਦੇ ਅਸੀਂ ਹੈ ਨਾ, ਬੜੀ ਮੁਸ਼ਕਲੇ ਆਏ ਰੇ ਗਾ ਕਬੀ, ਇਹ ਮੈਨੂੰ ਮੇਰੀ ਪੜ੍ਹਾਈ ਯਾਰ ਮਸਲਾ ਅੜੀ ਕਰਾ ਨਾ, ਤਾਂ ਮੈਂ ਲੈ ਖਰਚਾ ਪਰਚਾ ਤਾਂ ਕੱਢਣੇ ਪਾਉਣਾ ਜਲਿਆ ਕੁਤੀ ਨਾ ਕੁਤੀ ਤੇ। ਵਾਹ ਤਾਂ ਨਿਰਾਮਾ ਤੇ ਜੋ ਛੱਤੀ ਬਾਰ ਸਮਝਾ, ਕਜੋ ਕਰ ਲਿਆ ਤੂੰ ਘੱਟ ਰੇ ਸੌਦਿਆ, ਇਹ ਪੇ ਆਪਣੀ ਤੌੜੀ ਕਟਵਾਉਣੀ ਹਰ ਕੁਤੀ ਜਾਈ ਨੇ, ਹੈ ਵਧੀਆ ਰੇਟ ਕਰੀ ਬੈਠਿਆ ਤੂੰ, ਕਮ ਸੇ ਕਮ 1,20,000 ਰੁਪਈਆ ਤਾਂ ਲੈਣਾ ਹਾਂ, ਹੈ ਅਸੀਂ ਹਜ਼ਾਰੇ ਗੱਲ ਕਰਨੇ ਬੈਠੀ ਆ ਤੂੰ, ਅਸੀਂ 1,000 ਦੇ 75 ਦੇਣਾ ਸੂਬੇਦਾਰਾ, ਮੈਨੂੰ ਪਤਾ ਨੀ ਆ ਤੀਸਰਾ। ਚੱਲ ਕੋਈ ਨੀ ਚਾਚੂ ਹੁਣ ਗੱਲ ਹੋਈ ਗਰੀ ਨਾ, ਮਰਦ ਦੀ ਜ਼ਬਾਨ ਪੱਕੀ ਹੋਈ, ਮਰਦ ਨੀ ਮੁੱਕਰਦੇ ਬੀਏ। ਆਹੋ ਆ ਸਹਿਬੀ ਗੱਲ ਈ, ਗਲਾਇਰੀ ਤੇ ਕਜੋ ਮੁੱਕਰਨਾ ਨਾ, ਲੈਣੀ ਤਾਂ ਮਾਂ ਵੀ ਲੱਕੜੀ ਪਰ ਜਲੇ ਮੇਰੇ ਲਈ ਪੈਸੇ ਨੀ ਰੇ ਰੇ ਵੀ, ਅੱਜ ਕੱਲ ਬੜੀ ਮੁਸ਼ਕਲੇ ਹੈ 4 ਕਮਰੂ ਪਾਏ ਨਾ, ਤਾਂ ਉਹ ਸੋਚਣਾ ਵੀ ਉੱਪਰਲੀ ਮਜਲੀ ਸਲੇਟ ਹੀ ਪਾਣੇ, ਤਾਂ ਮੈਂ ਸੋਚੇਗਾ ਜਾਂ ਗੁਜਾਂ ਜੋ ਚਾਹੀਦੀ ਲੱਕੜੀ ਤਾਂ ਮੈਂ ਕਰਿਆਲੀ ਘਰੋਲੀ ਚ ਰਾਈ ਲੈਂਗਾ ਡੋਲ। ਕੋਈ ਨੀ ਚਾਚੂ ਤਾਂ ਕੋਈ ਨੀ, ਜੇ ਚਾਹੀਦੀ ਹੋਊਗੀ ਨਾ ਤੂੰ ਹਜੇ ਕਰਿਆਲੀ ਨਾ, ਤਾਂ ਹਰੀਆਂ ਘਾਰੀਆਂ ਬਥੇਰੀਆਂ ਕਰਿਆਲੀਆਂ, ਕੋਈ 10-15 ਲੈਣ ਚ ਲੱਗ ਰਹੀਆਂ ਮੋਟੀਆਂ ਮੋਟੀਆਂ ਨਾ, ਜੇ ਤੂੰ ਹਜੇ ਚਾਹੀਦੀ ਹੋਊਗੀ ਲੱਕੜੀ ਤਾਂ ਬੋਲ ਲੋ ਮਿੰਜੋ, ਮੈਂ ਬੈਠਣੇ ਸਮੇਤ ਕਰੀਗਾ ਕੰਮ। ਕੋਈ ਨੀ ਤਾਂ ਨਿਰਾਮਾ, ਤਲ ਜੇ ਮਿੰਜ ਜ਼ਰੂਰਤ ਪੈਂਗੀ ਨਾ, ਤਾਲੀ ਵਢਾਈ ਲੈਂਗਾ ਤੇਤੇ ਨਾ, ਤੇਤੇ ਖਰੀਦੀ ਲੈਂਗੇ ਡੋਲ। ਆ ਜੇ ਆਪਣੇ ਆਦਮੀ ਲਈ ਉਹ ਚੀਜ਼ ਤਾਂ ਕਦੇ ਜਾਣਾ ਬਗਾਨੇ ਲੋ ਫੇਰੀ। ਹਾਂ ਚਾਚੂ ਹੁਣ ਉਹ ਕਰਦਾ ਨਾ, ਚਲੀ ਪਾਉਂਦਾ ਖੇਤ ਰੱਖੋ ਟੈਮ ਓ ਟੈਮ ਹੀ ਨਾ, ਨਹੀਂ ਤਾਂ ਫਿਰ ਧੁੱਪਾ ਪਈ ਜਾਣਾ, ਕਹਿੰਦੇ ਧੁੱਪਿਆ ਨੀ ਹੋਣਾ ਵੀ ਆ ਕੰਮ, ਫਿਰ ਧੁੱਪੇ ਸਿਰ ਦੇ ਪਟਾਕੇ ਹੀ ਹੁੰਦੇ। ਹਾਂ ਜਾਇਓ ਬੱਚਾ ਜਾਇਓ, ਪਰ ਧਿਆਨ ਨੇ ਕਰੇ ਕੰਮ ਦੀ, ਹਾਂ ਲਾਈ ਲੈਂਦਾ ਮੂੰਹ ਆਪੀ ਜੋ, ਕੱਲੇ ਚਾਰਾ ਤੂੰ ਸਭੀ ਸੱਦੀ ਲੈਣਾ ਹਾਂ ਸੂਬੇਦਾਰ ਵੀ, ਨਹੀਂ ਤਾਂ ਕੰਮਾਂ ਜੋ ਨਾ ਫਿਰ ਵਧੀਆ ਹੋਈਆਂ ਦੂਈ ਇੱਥੇ ਕੰਮ। ਉਹ ਚਾਚੂ ਸੂਬੇਦਾਰ ਦੀ ਵੀ ਲੱਤਾਂ ਪੀੜੀ, ਬੋਲੇ ਤਾਂ ਥਾਂ ਮੈਂ ਆਣ ਜੂ ਵੀ ਦੇਖ ਰੇਖ ਕਰਨੇ ਜੋ ਆਈਆਂ ਨਾ, ਪਰ ਬੋਲੇ ਲੱਤਾਂ ਪੀੜੀ ਮੇਰੀ ਤਾਂ ਮੈਂ ਛੱਡ ਪਰੇ ਨਾ, ਕਹਿੰਦੇ ਇਆਂ ਵੀ ਕਟਰ ਤਾਂ ਆਇਆ ਮੇਲੇ ਨਾ, ਉਹ ਇਆਂ ਇਕੱਲੇ ਆਦਮੀ ਤੇ ਕੰਮ, ਜੇ ਅੜੀਆ ਉਹ ਕੁਤੀ ਫਾੜਾ ਤਾਂ ਡੋਲ ਫਾਨੀ ਦੇ ਲਈ, ਬਸ ਜ਼ਿਆਦਾ ਨੀ ਸੋਚਣਾ ਵੀ ਆ, ਆ ਚੀਰ ਹੀ ਪਾਣੇ। ਠੀਕ ਆ ਠੀਕ ਆ, ਫਿਰ ਵੀ ਧਿਆਨ ਨੇ ਕਰਿਆ ਪੁੱਤਰਾ ਕੰਮ। ਹਾਂਜੀ ਜਦ ਰੱਖਦੀ ਸਿਰ ਤੇ ਹੱਥ ਮੇਰੇ ਮੈਨੂੰ ਹਿੰਮਤ ਜਿਹੀ ਆ ਜਾਂਦੀ, ਜਦ ਹੱਸਦੀ ਨੂੰ ਮੈਂ ਦੇਖ ਲਵਾਂ ਮੈਨੂੰ ਜੰਨਤ ਜਿਹੀ ਮਿਲੇ ਜਾਂਦੀ, ਹਲੇ ਚੱਲਦਾ ਕੰਮ ਡਰੀ ਮਾਂ ਤੇ ਸਕਸੈਸਫੁੱਲ ਹੋਣਾ ਬਾਕੀ, ਬਾਕੀ ਕੰਮ ਤਾਂ ਬਹੁਤੇ ਕਰ ਲੈ ਮੈਂ ਤੈਨੂੰ ਪ੍ਰਾਊਡ ਕਰਾਉਣਾ ਬਾਕੀ, ਇੱਕ ਰੀਜ਼ ਆ ਦਿਲ ਦੀ ਮੇਰੀ ਨੀ ਤੈਨੂੰ ਪੂਰਾ ਵਰਲਡ ਕਮਾਉਣਾ ਏ, ਪੂਰਾ ਵਰਲਡ ਕਮਾਉਣਾ ਏ। ਦੋਸਤੋ ਆਸੂ ਭਾਇਰਾ ਗਾਣਾ ਮਾਏ ਨਾ ਯੂਟਿਊਬ ਚੈਨਲ ਸਰਮਾਰ ਇੱਕ ਟਿੱਕ ਪਰ ਆ ਚੁੱਕੇ ਦਾ ਨਾ, ਇਹ ਤੀਸਰੀ ਲੈਣੀ ਹੀ ਕੁਛ, ਅਗਰ ਜੇ ਤੁਸੀਂ ਗਾਣਾ ਸੁਣਨੇ ਚਾਹੁੰਦੇ ਨਾ ਤਾਂ ਜ਼ਰੂਰ ਸੁਣਨੋ ਜਾਏ ਯੂਟਿਊਬ ਪਰ, ਕਹਿੰਦੇ ਇੰਸਟਾਗ੍ਰਾਮ ਪਰ ਜਾਏ ਮਤੀਆਂ ਸਾਰੀਆਂ ਰੀਲਾਂ ਵੀ ਬਣਾਉਣੋ ਇਸ ਪਰ ਜ਼ਰੂਰ। ਠੀਕ ਹੈ ਪਾਊ, ਇਹ ਕਿਆ ਲੱਗ ਰਿਹਾ ਤੂੰ ਕਰਨੇ ਪਿਆਗਾ ਪਿਆਗਾ, ਸੁੱਜਾ ਤਾਂ ਨਹੀਂ ਹੈ, ਰੁੱਖ ਵੱਢਣੇ ਮੈਂ ਰੁੱਖ, ਹੋਰ ਆ ਰਹੇ ਕਹਿੰਦੇ ਕੁਹਾੜੀਏ ਲੈਨੇ ਮੈਂ ਭਰਤ ਨਾਟਿਆ, ਮੈਂ ਥੋੜੀ ਕਰਨਾ ਵੀ ਇੱਥੇ ਜੰਗਲੇ ਚ ਆਏ ਨੇ।
ਰਹਿਮ ਜ਼ਿਆਦਾ ਵੱਡਾ ਆ ਤੂੰ ਪਾਊ ਕਜੂ ਲਾਏ ਤੇਰੇ ਰੁੱਖ ਵੱਢਣੇ ਮਤ ਵੱਢਦਾ ਵੀ ਇਹਨਾਂ ਰੁੱਖਾਂ ਚੋ ਮੇਰੀ ਮਨ ਤੂੰ ਮਤ ਵੱਢਦਾ ਵੀ ਆ ਏਡੇ ਏਡੇ ਵੱਡੇ ਰੁੱਖੇ ਨਾ ਇਹਨਾਂ ਮਤ ਕੱਟਦਾ ਵੀ ਆ ਤਾਂ ਦੇਖ ਪਾਓ ਪਿਆਗਾ ਘਰ ਤੇ ਆਉਂਦੇ ਆਉਂਦੇ ਨਾ ਮਿੰਜੋ ਮਿਲਰਾ ਨੌਲ ਨਾ ਮਿਲਰਾ ਬਿੱਲਾ ਕਨੇ ਦਿਮਾਗਾ ਤੇ ਆਉਂ ਥੋੜਾ ਜਿਹਾ ਢਿੱਲਾ ਕਨੇ ਗੁੱਸਾ ਮਿੰਜੋ ਤੁਰੰਤ ਹੀ ਆਈ ਆਂਦਾ ਹੈ ਦੂਜੀ ਗੱਲ ਜ਼ਮੀਨ ਮੇਰੀ ਜ਼ਮੀਨ ਚ ਰੁੱਖ ਮੇਰੇ ਮੇਰੇ ਨਾਂ ਹੀ ਸਾਰੀ ਜ਼ਮੀਨ ਏ ਕੁਸਰੇ ਨਾਂ ਇਹ ਨਹੀਂ ਹੋਰ ਨਾ ਕਨੇ ਤੂੰ ਕੌਣ ਹੋ ਮਿੰਜੋ ਰੋਕਣੇ ਵਾਲਾ ਓਏ ਮੇਰੀ ਜ਼ਮੀਨ ਚ ਆਉਂ ਚਾਹੇ ਖੱਡਿਆ ਖੁਣੋ ਚਾਹੇ ਰੁੱਖਾਂ ਵੱਢੂ ਤੂੰ ਕੌਣ ਹੋ ਮਿੰਜੋ ਰੋਕਣੇ ਵਾਲਾ ਹੈ ਕਸੇ ਤਾਂ ਨੀ ਖਾਣੇ ਵੀ ਹੁਣ ਉਹਨਾਂ ਨਾ ਪਾਓ ਲੜਨੇ ਘੁਲਣੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਅੜਿਓ ਪਰ ਆਉ ਤੂੰ ਹਜੋ ਇਹ ਬੋਲਾ ਦਾ ਪਈ ਤੂੰ ਹਜੋ ਪਤਾ ਹੀ ਆ ਰੁੱਖ ਬੜੇ ਪ੍ਰਕੀਮਤੀ ਹੁੰਦੇ ਕਨੇ ਰੁੱਖ ਵੱਢਣਾ ਨਾ ਆਦਮੀ ਉਹ ਵੱਢਣੇ ਬਰਾਬਰ ਅੱਜ ਕੱਲਾ ਤਾਂ ਤੂੰ ਆਦਮੀ ਉਹ ਵੱਢੀ ਸਕਦੇ ਉਹ ਚਾਚਾ ਭਾਲੀ ਜੇ ਪੇਟੇ ਦੀ ਗੱਲ ਹੁੰਦੀ ਨਾ ਪੇਟੇ ਦੀ ਤਾਲੀ ਰੁੱਖ ਤਾਂ ਕਿ ਆਦਮੀ ਵੀ ਵਢੋਈ ਜਾਂਦੇ ਕਨੇ ਤੂੰ ਮੇਰਾ ਦਿਮਾਗ ਮਤ ਘੁਮਾਉਂਦਾ ਵੀ ਆ ਨਹੀਂ ਤਾਂ ਖੋਪੜਾ ਜੇ ਘੁੰਮਿਆ ਨਾ ਮੇਰਾ ਨਾ ਤੇਰਾ ਨੀ ਉਹ ਪੇ ਰੁੱਖ ਰੇ ਹੁੰਦੀ ਆਉਂ ਤੀਜੇ ਟੁਕੀ ਦੂ ਭਈ ਇੱਥੀ ਇੱਥੀ ਹੁਣ ਹੁਣੀ ਉਹਨਾਂ ਨਾ ਪਾਓ ਪਿਆਰਾ ਪ੍ਰੇਮਾ ਨੇ ਕਰਨੀ ਗੱਲ ਲੜਨਾ ਘੁਲਣਾ ਨੀ ਆੜਿਓ ਲੜੀ ਘੁਲਣੇ ਕਿਆ ਮਿਲਣਾ ਆਉ ਤੂੰ ਅਜੇ ਛੋਟੀ ਜਿਹੀ ਗੱਲ ਸਮਝਾਣ ਆਉਰਾ ਇੱਥੇ ਜੋ ਦੇਖਾ ਪਹਿਲੇ ਗਾਰਾ ਕਿਤਨਾ ਭਰੀ ਘਣਾ ਉਹ ਹਨਾ ਇਤਨੇ ਪਰ ਰੁੱਖ ਹੁੰਦੇ ਹੈ ਕਹਿੰਦੇ ਹੁਣ ਤਾਂ ਨਾ ਚਾਰ ਰੁੱਖ ਮੰਨੀਏ ਗਿਣੀ ਨੇ ਜੜੇ ਚਾਰ ਧੂਣੀ ਸੁਸਦੇ ਹੈ ਪੂਰੇ ਗਾਰ ਚ ਸਭ ਕਟੋਈ ਜਾਣੇ ਹੁਣ ਨਾ ਤਾਂ ਬੁਰੀ ਹਾਲ ਹੋਈ ਜਾਣੀ ਗਰਮੀਆਂ ਨੇ ਦੇਖਦੀ ਹੋਣੇ ਤੂੰ ਕਿਤਨੀ ਭਰੀ ਗਰਮੀ ਇਸ ਬਾਰੀ ਬਤਾਲੀਆਂ ਤਰਤਾਲੀਆਂ ਲਈ ਪੂਜੀ ਆਦਾ ਟੈਂਪਰੇਚਰ ਇਹਨਾਂ ਉਹ ਪਹਿਲੇ ਦੇਖਾ ਜਦ ਚਾਰ ਪੰਜ ਸਾਲ ਪਹਿਲੇ ਨਾ ਦਿੱਲੀ ਸੁਣੀਦਾ ਹਾਂ ਕੁਤੀ 35 ਟੈਂਪਰੇਚਰ ਨਾ ਕਹਿੰਦੇ ਇਸ ਕਰ ਦਿੱਲੀ ਤਾਂ 53 ਹੋਈ ਗਿਆ ਕਹਿੰਦੇ ਸ਼ਹਿਰ ਗਾਉਂ ਵਾਲੀ ਗੱਲ ਲੱਗ ਗਈ ਆਹਰੇ ਗਾਉਂ ਚ ਦੇਖ 42-43 ਟੈਂਪਰੇਚਰ ਛੋਰਾ ਕਹਿੰਦੇ ਕੁਤੀ ਰਹੀ ਹੋਈ ਰਾ ਅੰਦਰ ਇੰਨਾ ਲੱਗ ਰਿਹਾ ਜਦ ਤਾਂ ਭੇਖਾਈ ਲੜੇ ਕੁੜ ਕੇ ਪੁਰਾਣੀਆਂ ਹਰੇ ਉਹ ਗਰਮੀਆਂ ਮਾਰੀ ਪੰਜਾਂ ਮਾਸਿਆਂ ਦੀ ਗੋਲੀ ਕਹਿੰਦੇ ਤੂੰ ਮਤ ਪਾਉਂਦਾ ਵੀ ਆ ਮੇਰੇ ਸਿਰ ਪਰ ਬੇਲੀ ਰੌਲੀ ਨਹੀਂ ਤਾਂ ਨਾ ਮੈਂ ਟਕਵਾਈ ਵੀ ਦੇਣਾ ਤੂੰ ਇਸ ਵੇਲੇ ਗਰਮੀ ਤਾਂ ਕਿਉਂ ਹੋਈ ਗਿਆ ਮੇਰੇ 7 ਕਮਰੇ ਨਾ ਘਰੇ ਨਾ 7-7 ਕਮਰੇ ਪੱਖੇ ਲੱਗੇ ਉਹ ਪੱਖੇ ਤਗੜੇ ਪੱਖੇ ਲੱਗੇ ਇੱਕਦਮ ਪਈ ਵਧੀਆ ਫੈਨ ਲੱਗੇ ਉਹ ਕਹਿੰਦੇ ਤੂੰ ਕੌਣ ਹੋ ਮਿੰਜ ਰੋਕਣੇ ਵਾਲਾ ਜੀ ਗਰਮੀ ਲੱਗੀ ਵੀ ਨਾ ਤਾਂ ਪੱਖੇ ਲਾਏ ਲੈਣੇ ਚੌਰੀ ਸਪੀਡ ਆ ਪਰ ਤੂੰ ਮਤ ਲੈਂਦਾ ਵੀ ਇਹ ਗਰਮੀ ਹੈ ਟੈਂਸ਼ਨ ਹਲੇ ਪੂਰੇ ਸਲਿਊਸ਼ਨ ਹੁੰਦੇ ਉਹ ਪਾਓ ਇਹੀ ਤਾਂ ਗੱਲ ਹੈ ਸਾਰੀ ਤੂੰ ਮੰਨਣੀ ਤਾਂ ਆਈ ਨੀ ਮੇਰੀ ਗੱਲ ਨਾ ਇਹ ਵਿੱਕੀ ਵਾਰੀ ਆ ਤਾਂ ਚੱਲ ਹੋਈ ਯਾਰ ਪੱਖਿਆਂ ਨੇ ਬਚਣਾ ਪਰ ਤਾਲੀ ਜੇ 50 ਤੇ ਉੱਪਰ ਘਾਉਣਾ ਨਾ ਟੈਂਪਰੇਚਰ ਤਾਲੀ ਮੂਆ ਪੱਖਿਆਂ ਨੀ ਲਾਉਣਾ ਵੀ ਆ ਬਾਲ ਇਤਨਾ ਭਾਰੀ ਪੱਖੇ ਨਾ ਨਾ ਲੈਂਟਰ ਨਾ ਵੀ ਅੰਦਰ ਉਬਲੀ ਆਏ ਤਾਂ ਉਬਲੀ ਆਲੂਆਂ ਸਾਈ ਨਾ ਤਾਲੀ ਪੱਖੇ ਮੈਂ ਨੀ ਆਉਣੇ ਵੀ ਇਹ ਕੰਮ ਤਾਂ ਇਸ ਤੇ ਨਾ ਬ੍ਰਿਕਸ ਰੋਪਣ ਕਰਨੇ ਚਾਹੀਦਾ ਹਜੋ ਨਾ ਕਿ ਰੁੱਖ ਵੱਢਣੇ ਚਾਹੀਦੇ ਬਹੁਤ ਪਾਊਆ ਤੂੰ ਆ ਹਰੀ ਗਰਮੀ ਅਰੇ ਮਤ ਲੈਂਦਾ ਵੀ ਆ ਟੈਂਸ਼ਨ ਜੇ ਜ਼ਿਆਦਾ ਗਰਮੀ ਹੋ ਜਾਂਗੀ ਨਾ ਤਾਂ ਲਾ ਲੈਂਗੇ ਏਸੀ ਲਾ ਲੈਂਗੇ ਇਹ 70-70 ਕਮਰਾ ਤੂੰ ਮਤ ਕਰਦਾ ਫਿਕਰ ਬਥੇਰੇ ਪੈਸੇ ਮੇਰੇ ਜਬਰ ਲੈ ਲੈਣਾ ਤੇ ਇਸ ਤੇ ਲੈ ਲੈਂਗੇ 35-35 ਹਜ਼ਾਰ ਰੁਪਇਆ ਕਮਰੇ ਖਾਤਰ ਏਸੀ ਲਵਾ ਲੈਣਾ ਅਲੱਗ ਪਰ ਤੂੰ ਮਤ ਕਰਦਾ ਫਿਕਰ ਹੁਣ ਮੈਨੂੰ ਰੁੱਖਾ ਵੱਢਣੇ ਦੇ ਨਹੀਂ ਤਾਂ ਮੈਨੂੰ ਨਾ ਬੁੜਪੁਰ ਗੁੱਸਾ ਆਦਾ ਕਹਿੰਦੇ ਗੁੱਸੇ ਚੜਾ ਨੀ ਉਹ ਪਿਆਰਾ ਤੇਰੇ ਪਰ ਚਲੀ ਪਾ ਫੇਰੀ ਪਾਵੜੇ ਪਲੀਜ ਮਤਾ ਵੱਢਦੇ ਤੂੰ ਹੀ ਨਾ ਰੁੱਖਾਂ ਚੋ ਆ ਤੂੰ ਹਨੇ ਬਾਰ ਬਾਰ ਹੱਥ ਜੋੜੀ ਨਹੀਂ ਬੋਲਾ ਦਾ ਪਾਓ ਮੇਰਾ ਨਾ ਉਹ ਦੁਨੀ ਰਾਮ ਚੋਪੜਾ ਨਾ ਕਹਿੰਦੇ ਮਤ ਘੁਮਾਉਂਦਾ ਵੀ ਆ ਮੇਰਾ ਖੋਪੜਾ ਕਹਿੰਦੇ ਉੱਪਰ ਤੇ ਗਰਮੀ ਪਾਉਣੇ ਲੱਗੀ ਪਰੀ ਹੁਣ ਨਾ ਤਾਂ ਮੇਰਾ ਦਿਮਾਗ ਗਰਮ ਹੋ ਗਿਆ ਹੁਣ ਇਹ ਨਹੀਂ ਹੋਵੇ ਤੇ ਜੇ ਠੁੱਡਾ ਪੈ ਗਿਆ ਮੇਤੇ ਨਾ ਤਮਾਚੇ ਨੇ ਲਾਲ ਕਰ ਦੇਣਾ ਮੈਂ ਇੱਥੇ ਤੇ ਦਫੀ ਹੋਈ ਆ ਮੇਰੇ ਸਾਹਮਣੇ ਤੇ ਕਰਨੇ ਦੇ ਮਿੰਜੋ ਮੇਰਾ ਕੰਮ ਪਤਾ ਨੀ ਕਹਾਂ ਸੇ ਆ ਜਾਤੇ ਐਸੇ ਜੈਸੇ ਜਮ ਦੂਤ ਰਾਮ ਜਾਦੇ ਕਹਾਂ ਮਿਲ ਕਰਨੇ ਦੇਤੇ ਆਪੂ ਤਲਾਈ ਆ ਰੋਣਾ ਨਾ ਪਿਆਗਾ ਪਿਆਗਾ ਤਿਆੜੀ ਨਾ ਹੁਣ ਮਿੰਜੋ ਰੋਕਦਾ ਮੇਰੇ ਕੰਮ ਕਰਨੇ ਤੇ ਮੂਹ ਕਮਾਣ ਦੇ ਆ ਜੋ ਵੀ ਪੈਸੇ ਅਹਲੇ ਵੀ ਇਹ ਰੁਜ਼ਗਾਰ ਆ ਹੋਰ ਕਿਆ ਰੁਜ਼ਗਾਰ ਆ ਪੇ ਅਹਲੇ ਵੱਡਾ ਭਾਰੀ ਤਾਂ ਦੋਸਤੋ ਇਹ ਭਾਵ ਤਾਂ ਹਰਾ ਨੇ ਮੰਨਿਆ ਵੀ ਆ ਨਾ ਪਰ ਤੂੰ ਇਹ ਤਾਂ ਹਰੀ ਗੱਲ ਮੰਨੀ ਸਕੇ
ਤੇ ਨਾ ਘੱਟ ਤੇ ਘੱਟ ਰੁੱਖ ਵੱਢਣੇ ਚਾਹੀਦੇ। ਅੱਜ ਕੱਲ ਤਾਂ ਨਾ ਰੁੱਖ ਵੱਢਣਾ ਇੰਨਾ ਹੋਈ ਗਿਆ, ਜਿਵੇਂ ਜੇ ਵਾਲ ਕਟਾਣੇ ਜਾਂਦੇ ਨਾ ਲੋਕ ਬਾਜ਼ਾਰ ਚ, ਤੇ ਰੁੱਖ ਵੱਢਣੇ ਚੱਲੇ ਜਾਂਦੇ। ਪੇ ਜੇ ਪਿਆ ਜਰ ਘਰ ਜ਼ਰੂਰਤ ਪਈ ਤਾਂ ਚੱਲ ਕੱਟੀ ਲੈਂਦੇ ਇੱਕ ਚੀਲ, ਵੱਢੀ ਲੈਂਦੇ ਫਲਾਣੀ ਚੀਜ਼। ਆਹ ਮੈਂ ਉਹ ਅਸੀਂ ਆਪਣੇ ਤਿਨਕੇ ਪਰ ਫਾਇਦੇ ਖਾਤਰ ਨਾ ਜੰਗਲ ਰੀ ਨਾਸ ਪਟਤਰੀ, ਜਰਾ ਵੀ ਜ਼ਰੂਰਤ ਪਾਉਂਦੇ ਤਾਂ ਚਲੀ ਪਾਉਂਦੇ ਜੰਗਲ ਚ ਰੁੱਖਾਂ ਵੱਢਣੇ ਨਾ। ਕਹਿੰਦੇ ਚਾਹੇ ਆਪਣੀਆਂ ਜ਼ਮੀਨਾਂ ਚ ਰੁੱਖ, ਚਾਹੇ ਬਗਾਨੀਆਂ ਜ਼ਮੀਨਾਂ ਚ ਨਾ, ਪਰ ਰੁੱਖ ਨਹੀਂ ਵੱਢਣੇ ਚਾਹੀਦੇ ਵੀ ਇਹ ਨਿਤਾਣੇ ਵਾਲੇ ਟਾਈਮ ਚ ਗਰਮੀਆਂ ਨੇ ਬੁਰਾ ਹਾਲ ਹੋਈ ਜਾਣਾ। ਕਹਿੰਦੇ ਹਜੇ ਪਹਾੜਾਂ ਚ ਬਰਫ਼ ਹੋਏ ਨਾ, ਗਲੇਸ਼ੀਅਰ ਗਲੂਸ਼ੀਅਰ ਸਭ ਪਿਘਲੀ ਜਾਣੇ ਸਾਰੇ ਨਾ। ਕਹਿੰਦੇ ਸਾਰੇ ਖਪਾਣ ਪਾਣੀ ਹੋਈ ਜਾਣਾ ਨਾ, ਕਹਿੰਦੇ ਧਰਤੀ ਦਾ ਨਾਸ ਹੋਈ ਜਾਣਾ। ਮਯੋ ਤਿਹੜਾ ਨਾ ਇਹ ਮਾਨਸੂਨ ਚ ਕਹਿੰਦੇ ਇਹ ਬਰਸਾਤੀ ਚ ਅਸੀਂ ਇੱਕ ਸੰਕਲਪ ਲੈਣਾ। ਇਹ ਸੰਕਲਪ ਇਹ ਆ ਨਾ ਪੇ ਦੋਸਤੋ, ਸਾਰੇ ਲੋਕ ਜਿਤਨੇ ਵੀ ਹੈ ਨਾ, ਜਿੰਨਾ ਟੱਬਰ ਚ 7 ਸਦੱਸਿਆ ਹੈ ਨਾ, ਤਾਂ 7 ਸੱਤ ਇੱਕ ਇੱਕ ਰੁੱਖ ਲਾਓ ਨਾ, ਤਾਂ ਵੀ ਜਾਏ ਨੇ ਕੁਤੇ ਪੂਰਤੀ ਨਹੀਂ ਹੋ ਸਕਦੀ ਵੀ, ਪਰ ਜਲਾ ਥੋੜਾ ਥੋੜਾ ਤਾਂ ਫਰਕ ਪਾਉਂਗਾ ਹੀ ਪਾਉਂਗਾ। ਤੇੜਾ ਨਾ ਇਹ ਮਾਨਸੂਨ ਚ ਸਾਰੇ ਸੰਕਲਪ ਲਾਓ ਪੇ ਘੱਟ ਤੇ ਘੱਟ ਇੱਕ ਪੇੜ ਲਾਣਾ, ਕਹਿੰਦੇ ਜ਼ਿਆਦਾ ਜ਼ਿਆਦਾ 5-10-15 ਜਿਤਨੇ ਵੀ ਤੂੰ ਲਾਈ ਸਕੇ ਨਾ, ਤਿਤਨੇ ਲਾਈ ਦਵਾ, ਕਿਉਂਕਿ ਨਾ ਫਿਜੂਲ ਖਰਚੀ ਵੀ ਅਸੀਂ ਕਰਦੇ ਤਾਂ ਹੈ ਨਾ, ਤਾਂ ਤਿਸੇ 500 ਰੁਪਇਆ ਅਸੀਂ ਆਪਣੀ ਧਰਤੀ ਮਾਤਾ ਦੇ ਨਾਂ ਤੇ ਲਾਏ ਦੇਂਗੇ ਪਈ ਆਪਣੇ ਪੇੜ ਲਈ ਆਉਂਗੇ ਜਾਏ ਨੇ ਐਗਰੀਕਲਚਰ ਡਿਪਾਰਟਮੈਂਟਾਂ ਤੇ ਨਾ, ਤਾਂ ਉੱਥੇ ਸਸਤੇ ਸਸਤੇ ਪੇੜ ਮਿਲੀ ਜਾਂਦੇ ਤੇ ਨਾ ਨੀਮ ਹੋਈ ਗਿਆ, ਹੋਰ ਵੀ ਮਤਲਬ ਔਸਦੀ ਹੈ ਬੂਟੇ ਵੀ ਲਾ ਸਕਾਂ। ਤੂੰ ਇਹੜਾ ਨਹੀਂ ਪਈ ਹੋਰ ਹੀ ਲਾਉਣੇ ਕੁਛ ਨਾ, ਔਸਦੀ ਹੈ ਬੂਟਿਆਂ ਤੇ ਇਹੜਾਉਣਾ ਪਈ ਤੂੰ ਹਜੇ ਹੋਰ ਵੀ ਸਹਾਇਤਾ ਮਿਲਣੀ ਬੂਟੀਆਂ ਬਾਟੀਆਂ ਰੀ ਨਾ। ਤਾਂ ਮੇਰੀ ਤੂੰ ਸਾਰੇ ਤੇ ਇਹੀ ਬੇਨਤੀ ਨਾ ਵੀ ਆਹ ਬਰਸਾਤੀ ਜੋ ਸੁੱਕੀ ਦੀ ਹੈ ਜਾਣੇ ਦਿੰਦੇ ਨਾ, ਚਾਹੇ ਫਲਾਂ ਰੇ ਬੂਟੇ ਚਾਹੇ ਕੈਸੀ ਦੇ ਵੀ ਬੂਟੇ ਨਾ, ਪਰ ਲਾਣਾ ਇੱਕ ਇੱਕ ਬੂਟਾ ਜ਼ਰੂਰ ਆਸ਼ੂ ਮਿੱਤੂ ਪਹਾੜੀ ਦੇ ਨਾਂ ਤੇ ਨਾ, ਤਾਂ ਹੀ ਆਉਣਾ ਭਾਲਾ ਮੇਉ। ਕਿਉਂਕਿ ਅੜੇ ਉਹ ਜੋ ਵੀ 3-4 ਸਾਲ ਹੋਈ ਗਏ ਨਾ ਚੈਨਲ ਬਣਾਏ ਰਹੇ ਜੋ ਨਾ, ਅਸੀਂ ਇੱਕ ਵੀ ਕੰਮ ਨਹੀਂ ਕੀਤੇ ਧਰਮਾਰਥੋਂ ਨਾ, ਤਾਂ ਅਸੀਂ ਸੋਚਿਆ ਧਰਮਾਰਥੋਂ ਕੰਮ ਕਰੀ ਲੈ ਇੱਕ ਅੱਧਾ ਨਾ, ਅਗਰ ਜੇ ਤੂੰ ਆਹਰਾ ਸਹਿਯੋਗ ਕਰਗੇ ਨਾ ਤਾਂ ਵੀ ਤੁਹਾਰਾ ਪੂਰਨ ਸਹਿਯੋਗ ਕਰਨਾ ਫਿਰੀ ਨਾ, ਤੇ ਇਹ ਬਰਸਾਤੀ ਪਈ ਇੱਕ ਇੱਕ ਬੂਟਾ ਜ਼ਰੂਰ ਲਾਉਣਾ ਸਾਰਿਆਂ। ਇਹ ਗੁਜ਼ਾਰੀ ਸੀ ਮੇਰੀ ਤੂੰ ਸਾਰਿਆਂ ਨੇ ਨਾ, ਕਿਉਂਕਿ ਨਾ ਅਸੀਂ ਲੋਕ ਇਹ ਜੇ ਧਰਤੀ ਅਜੇ ਬਚਾਈ ਸਕਦੇ, ਨਹੀਂ ਤਾਂ ਨਾ ਆਉਣੇ ਵਾਲੇ ਟਾਈਮ 'ਚ ਬੜੀ ਬੁਰੀ ਹਾਲਤ ਆਉਣੀ, ਜੀਣਾ ਮੁਸ਼ਕਿਲ ਹੋਈ ਜਾਣਾ। ਤੁਸੀਂ ਦੇਖੀ ਸਕੇ ਅੱਜ ਕੱਲ੍ਹ ਗਰਮੀ ਦੇ ਮੌਸਮ 'ਚ 4-4-5-5 ਦਿਨ ਹੋਈ ਹੈ ਰੇ, ਪਾਣੀ ਤੱਕ ਨਹੀਂ ਆਉਂਦਾ ਵੀ ਇਹ ਢੰਗਾਂ ਨੇ, ਕਹਿੰਦੇ ਸਰੋਤ ਤਾਂ ਇਹ ਸਾਰੇ ਵਿਗਾੜੇ ਤੇਰੇ ਪਹਿਲੇ ਸਾਰੇ ਬਾਈ ਖੂਹ ਸਾਰੇ ਸੁੱਕੀ ਗਏ, ਕੁਤੇ ਤੇ ਲਿਆਉਣਾ ਪਾਣੀ ਤੇੜਾ ਨਾ, ਤਿੰਨ ਸਰੋਤਾਂ ਨੇ ਵੀ ਸਫਾਈ ਕਰਨੀ, ਕੁਛ ਨਹੀਂ ਲੱਗਦਾ ਵੀ ਇਹ 1.5 ਘੰਟਾ ਲੱਗਦਾ, ਅਗਰ 10-15 ਦਾ ਬੁਝਾ ਉਹ ਨਾ ਇਕੱਠੇ ਹੋਏ ਨੇ ਨਾ, ਤਾਂ ਕੁਛ ਵੀ ਹੋ ਸਕਦਾ। ਕਹਿੰਦੇ ਏਕਤਾ 'ਚ ਬਲ ਹੁੰਦਾ ਦੋਸਤੋ, ਏਕਤਾ 'ਚ ਜੇ ਇਕੱਲਾ ਆਦਮੀ ਕਰਗਾ ਨਾ ਕੋਈ ਕੰਮ ਨਾ, ਤਾਂ ਇਹ ਕੰਮ ਜ਼ਰੂਰੀ ਨਹੀਂ ਪਈ ਹੋਈ ਜਾਂਗਾ ਪੂਰਾ, ਪਰ ਜੇ 30 ਕੰਮ 'ਚ 10 ਬੰਦੇ ਜਾਂਗੇ ਨਾ, ਤਾਂ ਇਹ ਕੰਮ 10-15 ਮਿੰਟਾਂ 'ਚ 1-1 ਘੰਟੇ 'ਚ ਹੋ ਸਕਦਾ। ਤੇੜਾ ਨਾ ਜ਼ਰੂਰ ਕਰਨਾ ਜਿਹੜਾ ਕੰਮ ਆ ਨਾ, ਬੇਨਤੀ ਆਈ ਮੇਰੀ ਤੂੰ ਹਤੇੜੀ। ਬਾਕੀ ਥੈਂਕਸ ਫੋਰ ਵਾਚਿੰਗ, ਹੈਵ ਅ ਗੁੱਡ ਡੇ, ਲਵ ਯੂ ਆਲ, ਸਾਈਨਿੰਗ ਆਫ ਗਾਈਸ, ਬਾਏ ਬਾਏ।